ਸਟਾਰਟ ਆ ਵਾਹਿਗੁਰੂ ਸਟਾਰਟ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਧਰਾਂਗ ਵਾਲਾ ਵਿਖੇ 3 HP ਦਾ ਸਿਸਟਮ ਲਾਇਆ ਕੈਂਪ ਦੇ ਤੌਰ 'ਤੇ ਵੀ ਲੋਕਾਂ ਨੂੰ ਪਤਾ ਲੱਗ ਸਕੇ ਵੀ ਸੋਲਰ ਨਾਲ ਮੋਟਰ ਕਿੰਨਾ ਕੁ ਪਾਣੀ ਦਿੰਦੀ ਹੈ ਸੁਬਾਹ ਤੋਂ ਕੈਂਪ ਚੱਲ ਰਿਹਾ ਅਤੇ ਹੁਣ ਤਾਂ ਧੁੱਪ ਵੀ ਕਾਫੀ ਘੱਟ ਗਈ ਪਰ ਬਹੁਤ ਵਧੀਆ ਰਿਜ਼ਲਟ ਲਿਆ ਲਗਭਗ 200-250 ਜਣਿਆਂ ਨੇ ਆ ਕੇ ਕੈਂਪ ਦੇਖਿਆ ਅਤੇ ਸਾਡੇ ਕੋਲ ਆਰਡਰ ਵੀ ਆਏ ਆ 5-6 ਦੇ ਨਾਲ ਅਤੇ ਇਹਦੇ ਨਾਲ ਰਿਲੇਟਡ ਤੁਹਾਨੂੰ ਦੱਸ ਦਿੰਦੇ ਹਾਂ ਸਾਡੇ ਕੋਲ ਇਸ ਟਾਈਮ 2900 ਵਾਟ ਪੈਨਲ ਅਲੱਗ ਅਲੱਗ ਤਰ੍ਹਾਂ ਦਾ ਚੱਲ ਰਿਹਾ ਜਿਹਦੇ ਵਿੱਚ 270 250 ਵਾਟ 315 325 ਜਿਵੇਂ ਵੀ ਸਟੋਕ ਸਾਡੇ ਕੋਲ ਸੀਗਾ ਉਸੇ ਤਰ੍ਹਾਂ ਹੀ ਹੈਗਾ ਜਿਹਦੇ 'ਚ ਕੁਛ ਪੈਨਲ ਜੈਕਸਨ ਟੋਪਸਨ ਅਤੇ ਲੂਮੀਨਸ ਦੇ ਆ ਆ ਜਾਓ ਹੁਣ ਤੁਹਾਨੂੰ ਪਾਣੀ ਦਿਖਾਉਣੇ ਆ ਮੋਟਰ ਦਾ ਸ਼ੇਅਰ ਕਰਿਓ 3 kW ਦਾ ਕੰਟਰੋਲਰ ਹੈ ਜੀ ਆਹ ਫਤਿਹ ਗਰੁੱਪ ਦਾ ਨੋਰਮਲੀ ਫਰੀਕੁਐਂਸੀ ਚੱਲ ਰਹੀ ਹੈ ਇਹਦੀ ਹੁਣ 3839 ਜਾਂ ਹੀ ਫਰੀਕੁਐਂਸੀ 48 ਮਿਲਦੀ ਹੈ ਤਾਂ ਪਾਣੀ ਫੁੱਲ ਪ੍ਰੈਸ਼ਰ ਦਿੰਦਾ ਹੁਣ ਨੋਰਮਲ ਪ੍ਰੈਸ਼ਰ 4 ਦੇ ਰਿਹਾ ਇਹਦੇ 'ਚ ਅਸੀਂ ਲੂਪ ਵੀ ਇੱਕ ਪੁਰਾਣੀ ਘਰ ਪਈ ਮੋਟਰ ਯੂਜ ਕੀਤੀ ਹੈ ਜੇ ਇੱਥੇ ਤਾਂ ਅਸੀਂ ਆਪਦੇ ਵੱਲੋਂ 380 ਵਾਟ ਜਾਂ 320 ਵਾਟ ਦੀ ਜਾਂ 220 ਵਾਟ ਦੀ ਮੋਟਰ ਯੂਜ ਕਰਦੇ ਤਾਂ ਰਿਜ਼ਲਟ ਇੱਦੋਂ ਵੀ ਜ਼ਿਆਦਾ ਹੋਣੇ ਸੀਗੇ ਪਰ ਫਿਰ ਵੀ ਨੋਰਮਲੀ ਸਾਨੂੰ ਵਧੀਆ ਪ੍ਰੈਸ਼ਰ ਮਿਲਿਆ ਹੈਗਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਗੀ ਅਤੇ ਜੇ ਹੋਏ ਕੋਈ ਵੀ ਕਿਸਾਨ ਭਰਾ ਇੰਟਰਸਟ ਰੱਖਦਾ ਹੋਵੇ ਤਾਂ ਸਾਡੇ ਨਾਲ ਜ਼ਰੂਰ ਕੰਟੈਕਟ ਕਰੇ ਬਾਕੀ ਤੁਹਾਨੂੰ ਲੈ ਚੱਲਦੇ ਹਾਂ ਅਸੀਂ ਆਪਣੇ ਪੈਨਲਸ ਵੱਲ ਸ਼ੇਅਰ ਕਰਾਈ ਆਪਦੀਆਂ ਆਈਡੀਆਂ 'ਤੇ ਇਹ ਤੁਸੀਂ ਦੇਖ ਰਹੇ ਹੋ ਬਿਨਾਂ ਸਟਰਕਚਰ ਤੋਂ ਹੀ ਸਾਰਾ ਸਿਸਟਮ ਫਿੱਟ ਕੀਤਾ ਹੋਇਆ ਚੱਲਦਾ ਲਾਈਵ ਸ਼ੇਅਰ ਹੋ ਗਿਆ ਤੁਹਾਡੇ ਜੇ ਆਹੀ ਸਟਰਕਚਰ ਆਪਾਂ ਲਾ ਕੇ ਲਾਉਂਦੇ ਤਾਂ ਆਪਾਂ ਨੂੰ 25% ਐਕਸਟਰਾ ਐਨਰਜੀ ਹੋਰ ਇਹਨੇ ਦੇਣੀ ਸੀ ਪਰ ਫਿਰ ਵੀ ਕੁੱਲ ਮਿਲਾ ਕੇ ਸਾਡਾ ਸਿਸਟਮ ਵਧੀਆ ਰਿਹਾ ਅੱਜ ਦਾ ਸਾਡਾ ਜਿਹੜਾ ਦੂਜਾ ਐਕਸਪੀਰੀਅੰਸ ਸੀ ਕੈਂਪ ਦਾ ਲਗਭਗ ਉਹ ਵੀ ਸਫਲ ਰਿਹਾ ਚਾਹ ਉਹਨਾਂ ਦੇ ਟਾਈਮ ਦੇ ਵਿੱਚ ਹੋਰ ਜਗ੍ਹਾ ਜਗ੍ਹਾ ਅਸੀਂ ਕੈਂਪ ਲਾ ਕੇ ਅਤੇ ਵੱਧ ਤੋਂ ਵੱਧ ਸੋਲਰ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਾਂਗੇ।